बालियां दिखांदा नहीं पिया मैनू एक तो थैला लैके भज गए सोने का समान सी मेरा एक तो लैके भजे थैला सर वारदात राती 2:50 ते हुई है ते मेरे सिक्योरिटी सिस्टम लगा सी ते अलार्म बजया मेरे फोन ते कि दुकान ते हलचल हो रही है ते मैं कैमरे ऑन करके देखे तो बंदे अंदर वड़ रहे थे शॉप दे शटर प्रॉपर चक्या नहीं चक्या ते पहले ही हुटर वज जाना सीगा ओदा विचो विचो सेंटर जो पत्तियां गड़ती उन्होंने वो शीशा मेरा तोड़ के अंदर वड़ गए ते अंदरों मेरा गले गुले तोड़ते है तो सारा जो समान काउंटर ते सोना चांदी माड़ा मोटा बाहर पिया सी वो लै गए कैश 40,000 लै गए ते बाकी सेफ मेरी बचा हो गया कि मैं टाइम सर पहुंच गया सी रस्ते च मैं टक्कर गए सो चोरी करके भज रहे सी ते अगो मैं टक्कर गया इन्हां नूं साडी आपस च टक्कर हुई है ते ओह गिर गए हैगे आ ते मेरी सारी गड्डी डैमेज हो गई है ते बस मैं उत्थे गड्डी खड़ाई ते पुलिस वाले नूं फोन करता वा के ते पुलिस वालों किदां दा सहयोग रिहा तुहानूं पुलिस वालों सर मैं 112 नंबर और 100 नंबर शायद 1 घंटा लगातार मिलाया वा पहला तो मिलया नहीं उस तो मिलया पता नहीं मोहाली कहिंदे असीं हैगे आ सानूं प्रोपर लोकेशन नहीं समझ आ रही एड्रैस नहीं समझ आ रहा सर वैसे आपां अगर इन्हां नूं चौंकी दसी तां मिनट ट्रैस करना चाहिए कि आह चौंकी वालों बंदे दी कंप्लेंट आ रही है इन्हां नूं चौंकी नहीं समझ आ रही सी 8 नंबर थाने नहीं समझ आ रहा कुछ समझ नहीं आ रहा सी फिर मेरे को परसनली नंबर सीगे मेरे जगतपुरी जिहड़े मेरे माड़े मोटे लिंक आ उन्हां नूं फोन कीता मैं कहा भाई मैं इदां फसिया पिया वां तां चोर 6 जने हैगे आ ते 4 भज्जे ते 2 मेरे कोल पए होए आ ते उठ के मैनूं मार ना देण कोई फटाफट पहुंचो तुसीं किन्ने क जाने सीगे जदों मैं ते मेरा छोटा ब्रदर ते मम्मी अजी 3 जने आए आ ते बस इन्नी देर च फिर जगतपुरी वाले ने मेरी हैल्प की जिहड़ी माड़ी मोटी की 102 नंबर 100 नंबर 112 नंबर ते 181 नंबर ते मैनूं कोई हैल्प नहीं मिली है उन्होंने अड्रैस ही नहीं समझ आ रहा सी मैं अद्धा घंटा अड्रैस समझा ते लाता जगतपुरी सर हरजिंदर जी है पीसीआर राती दस्ता होंगे उन्होंने परसनल नंबर से उन्होंने फोन किया मैं भाजी 100 नंबर मिलता नहीं पाया 112 मिलता नहीं पाया तो तुम मेरी हैल्प करो मैं फसया पाया वहाँ
ਐਂਬੂਲੈਂਸ ਵੀ ਮੈਂ ਬੁਲਾਈ ਕਿਉਂਕਿ ਪੁਲਿਸ ਵਾਲੇ ਆਉਂਦੇ ਨਹੀਂ ਪਏ ਸੀਗੇ ਤੇ ਮੈਂ ਡਿੱਗੇ ਪਏ ਦੋਨੋਂ ਜਾਣੇ ਮੈਂ ਕਿਹਾ ਐਵੇਂ ਕੱਲ ਨੂੰ ਕੁਛ ਹੋ ਗਿਆ ਫਿਰ ਮੇਰੇ ਨਾਮ ਨਸ਼ਾ ਕੀਤਾ ਪਿਆ ਸੀ ਉਹਨਾਂ ਨੇ ਫਿਰ ਮੈਂ ਐਂਬੂਲੈਂਸ ਬੁਲਾਈ ਐਂਬੂਲੈਂ
ਅੰਦਰਲਾ ਇੱਕ ਅੰਦਰ ਥਾਣੇ 'ਚ ਪਿਆ ਹੋਇਆ। ਮੇਰੀ ਤਾਂ ਅੱਗੋਂ ਸਾਰੀ ਗੱਡੀ ਉੱਡ ਗਈ ਜੀ, ਸਾਰਾ ਪ੍ਰੋਪਰ ਹੀ ਹੋ ਗਿਆ, ਸ਼ੀਸ਼ਾ ਸ਼ੂਸ਼ਾ ਸਭ ਕੁਛ ਉੱਡ ਗਿਆ। ਬਹੁਤ ਜ਼ੋਰ ਦੀ ਤੇਜ਼ ਸੀ ਗਿਆ ਹੈ, ਮੈਨੂੰ ਅੱਗੇ ਗੱਡੀ ਰੋਕਤੀ, ਮੇਰੀ ਗੱਡੀ ਵਿੱਚ ਬਹੁਤ ਜ਼ੋਰ ਦੀ ਵੱਜੇ ਹੈ, ਪਲਟ ਕੇ ਗੱਡੀ ਤੋਂ ਪਰਲੀ ਸਾਈਡ ਚਲਾ ਗਿਆ। ਨੁਕਸਾਨ ਦੇਖੋ ਜੀ, 4-5 ਲੱਖ ਦਾ ਆਈਡੀਆ ਹੋ ਗਿਆ, ਸੋਨਾ ਚਾਂਦੀ ਦਾ ਹੋਇਆ ਵਾ, 40-50 ਹਜ਼ਾਰ ਕੈਸ਼ ਸੀਗਾ ਉਹ ਹੋ ਗਿਆ ਉਹਨਾਂ ਦਾ, ਬਾਕੀ ਜਿਹੜਾ ਗੱਡੀ ਦੇ ਪੈਸੇ ਲੱਗਣੇ ਆ ਅਤੇ ਮੇਰਾ ਟਫਨ ਸ਼ੀਸ਼ਾ ਸ਼ੂਸ਼ਾ ਸਾਰਾ ਟੁੱਟ ਗਿਆ ਫਰੰਟ ਦਾ। ਹੁਣ ਤਾਂ ਦੁਕਾਨ ਖੁੱਲ੍ਹੀ ਸੀ 2 ਮਹੀਨੇ ਹੋਏ ਆ, ਸਾਰੀ ਜਮ੍ਹਾਂ ਪੂੰਜੀ ਕਰਕੇ ਲਾਈ ਸੀਗੀ, ਹੁਣ ਇਨਸਾਫ ਮਿਲੂਗਾ ਦੇਖਾਂਗੇ, ਫਿਲਹਾਲ ਤਾਂ ਕੁਛ ਕਹਿ ਨਹੀਂ ਸਕਦੇ ਹਾਂ। ਹਾਲਤ ਇੱਕ ਤਾਂ ਗਿਰ ਗਿਆ ਸੀਗਾ, ਇੱਕ ਤਾਂ ਮੂੰਹ 'ਤੇ ਸੱਟ ਲੱਗੀ ਆ, ਇੱਕ ਮੈਂ ਜਾ ਕੇ ਸਿਵਲ ਚੈੱਕ ਕਰਕੇ ਆਇਆ, ਉਹਦੀ ਲੱਤ 'ਤੇ ਪੱਟੀ ਬੰਨੀ, ਕਹਿੰਦੇ ਲੱਤ 'ਤੇ ਫ੍ਰੈਕਚਰ ਹੋਇਆ ਵਾ, ਉਹਨਾਂ ਦਾ ਬਾਈਕ ਉਹਨਾਂ ਦੇ ਉੱਪਰ ਹੀ ਗਿਰ ਗਿਆ, ਕਿਉਂਕਿ ਮੇਰੀ ਗੱਡੀ 'ਚ ਬਹੁਤ ਜ਼ੋਰ ਦੀ ਵਜੇ ਫੁੱਲ ਸਪੀਡ 'ਤੇ ਰਾਤੀ ਆ ਰਹੇ ਸੀਗੇ, ਇਹ ਸਿਸਟਮ ਹੋ ਗਿਆ ਸੀਗਾ। ਬਸ ਜਿਹੜਾ ਸਾਡਾ ਨੁਕਸਾਨ ਹੈ ਜੇ ਕਵਰ ਹੋ ਜਾਵੇ ਜ਼ਿਆਦਾ, ਮੇਰਾ ਸੋਨਾ ਮੇਨ ਲੈ ਕੇ ਭੱਜ ਗਏ, ਜਿਹੜੇ 4 ਜਣੇ ਉਹ ਸੀਗੇ, ਸੋਨਾ ਚਾਂਦੀ ਉਹਨਾਂ ਕੋਲ ਆ, ਜਿਹੜੇ 2 ਫੜੇ ਇਹਨਾਂ ਕੋਲ ਨਹੀਂ ਕੁਛ ਮਿਲਿਆ, ਇਹਨਾਂ ਕੋਲ ਮਾੜਾ ਮੋਟਾ ਮਿਲਿਆ ਸੀ, ਉਹ ਪੁਲਿਸ ਵਾਲੇ ਨੇ ਦਿਖਾ ਤਾ ਮੈਨੂੰ ਜੋ ਮਿਲਿਆ, ਬਾਕੀ ਉਹਦਾ ਬੈਗ 'ਚ ਜਿਹੜੇ ਲੈ ਕੇ ਭੱਜੇ ਆ। ਹਾਂਜੀ, ਹਥਿਆਰ ਫੜੇ ਸੀ ਉਹਨਾਂ ਨੇ, ਜਿਹੜੇ 4 ਭੱਜੇ ਆ। ਇੱਕ ਤਾਂ ਉੱਥੇ ਗਿਰ ਗਿਆ, ਨਕੀਲੀ ਚੀਜ਼ ਸੀ, ਸੱਬਲ ਸੀਗਾ, ਉਹ ਤਾਂ ਪੁਲਿਸ ਵਾਲਿਆਂ ਨੂੰ ਫੜਾ ਤਾ ਆਪਾਂ। ਇੱਕ ਲੰਬੇ ਲੰਬੇ ਉਹ ਸੀ ਚਾਕੂ ਜਿਹੇ ਸੀਗੇ, ਉਹ ਫਿਰ ਲਹਿਰਾਉਂਦੇ ਭੱਜ ਗਏ ਉਹ। ਇਹ ਸਿਸਟਮ ਹੋਇਆ ਇਹ ਸਰ, ਮਤਲਬ ਇਹਨੂੰ 2:50 'ਤੇ ਨਾ ਉਹਦੇ ਫੋਨ ਦੇ ਉੱਪਰ ਅਲਾਰਮ ਸਿਸਟਮ ਲੱਗਿਆ ਹੋਇਆ, ਇਹ ਜਿਹੜੀ ਜਵੈਲਰ ਦੀ ਦੁਕਾਨ ਹੈ, ਇਹਨੇ ਆਪਣੀ ਸਕਿਉਰਿਟੀ ਕੋਡ ਅੰਦਰ ਲਗਵਾਇਆ ਹੋਇਆ, ਅਤੇ ਮਤਲਬ ਵੀ ਜਦੋਂ ਕੋਈ ਮਿਸਹੈਪਨਿੰਗ ਹੋਵੇ ਤਾਂ ਇਹਨੂੰ ਅਲਾਰਮ ਵੱਜੇਗਾ, ਇਹਨੂੰ 2:50 'ਤੇ ਇਹਦੇ ਅਲਾਰਮ ਵੱਜਿਆ ਫੋਨ ਦੇ ਉੱਪਰ, ਅਤੇ ਇਹ ਉੱਠ ਕੇ ਆਪਣੇ ਘਰੋਂ ਵਿਦ ਫੈਮਿਲੀ ਆਪਣੀ ਸ਼ੋਪ 'ਤੇ ਆ ਰਿਹਾ ਸੀਗਾ, ਅਤੇ ਰਸਤੇ ਦੇ ਵਿੱਚ ਜਿਹੜੇ ਲੜਕੇ ਸੀਗੇ 5-6 ਦੱਸ ਰਿਹਾ ਇਹ ਦੱਸਣ ਮੁਤਾਬਕ, ਅਤੇ ਅਸੀਂ ਉਹ ਵੈਰੀਫਾਈ ਕਰ ਰਹੇ ਹਾਂ ਜੀ, ਅਤੇ ਉਹ ਇਹਨੂੰ ਰਸਤੇ ਦੇ ਵਿੱਚ ਇਹਨੇ ਪਛਾਣ ਲਏ ਵੀ ਇਹ ਲੜਕੇ ਉਹੀ ਹੈ, ਤੋ ਇਹਦੀ ਇਹ ਵੀ ਰਫਤਾਰ ਦੇ ਵਿੱਚ ਸੀ, ਔਰ ਦੂਸਰੇ ਲੜਕੇ ਵੀ ਰਫਤਾਰ ਦੇ ਵਿੱਚ ਸੀ ਜਿਹਨਾਂ ਨੇ ਚੋਰੀ ਕੀਤੀ ਸੀ ਸ਼ੋਪ ਦੇ ਵਿੱਚ। ਓਕੇ, ਅਤੇ ਮੌਕੇ ਦੇ ਵਿੱਚ ਟੱਕਰ ਹੋਈ ਦੋਨਾਂ ਦੀ ਔਨ ਦਾ ਸਪੋਟ ਪੁਲੀ ਦੇ ਉੱਪਰ। ਠੀਕ ਹੈ ਸਰ, ਉਸ ਤੋਂ ਬਾਅਦ ਇਹ ਸਾਰੇ ਡਿੱਗ ਗਏ, ਅਤੇ ਜਿਹੜੇ ਜਵੈਲਰ ਜਿਹੜੇ ਮੈਦਾਨ ਜਵੈਲਰ ਦੇ ਮਾਲਕ ਹੈ, ਉਹਨੇ ਦੱਸਿਆ ਕਿ ਮੇਰੀ ਗੱਡੀ ਜਿਹੜੀ ਲੋਕ ਹੋ ਗਈ ਮੌਕੇ 'ਤੇ, ਬਿਲਕੁਲ ਉਹ ਖੁੱਲ੍ਹ ਨਹੀਂ ਰਹੀ ਸੀ, ਘੱਟੋ ਘੱਟ 3-4 ਮਿੰਟ ਮੈਨੂੰ ਲੱਗ ਗਏ ਬਾਹਰ ਨਿਕਲਦੇ ਨੂੰ, ਚੱਲ ਨੂੰ 2 ਜਣੇ ਜਿਹੜੇ ਸੀ ਜਿਨ੍ਹਾਂ ਦੇ ਸੱਟਾਂ ਲੱਗ ਗਏ ਉਹ ਉੱਥੇ ਡਿੱਗ ਗਏ, ਅਤੇ ਬਾਕੀ ਜਿਹੜੇ ਸੀਗੇ 4 ਲੜਕੇ ਉਹ ਮੌਕੇ ਤੋਂ ਇਹਨਾਂ ਦੇ ਦੱਸਣ ਮੁਤਾਬਕ ਭੱਜ ਗਏ ਉੱਥੋਂ। ਅਤੇ ਜਿਹੜੇ 2 ਬੰਦੇ ਫੜੇ ਇਹਨਾਂ ਦਾ ਨਾਮ ਨੂੰ ਕੀ ਹੈ ਸਰ, ਕੁਛ ਪਤਾ ਲੱਗਿਆ? ਇਹ ਨਾ ਜਿਹੜੇ ਕੰਪਲੇਂਟੈਂਟ ਵੱਲੋਂ ਸਿਵਲ ਹੋਸਪਿਟਲ ਦਾਖਲ ਕਰਵਾਏ ਆ 108 ਦੇ ਲੈ ਕੇ, ਵੀ ਅਤੇ ਉਹਦਾ ਨਾਮ, ਇੱਕ ਦਾ ਨਾਮ ਸੂਰਜ ਹੈ, ਇੱਕ ਦਾ ਨਾਮ ਸੋਨੀ ਹੈ। ਦੋਨੇ ਹੀ ਹੋਸਪਿਟਲ ਹੈ ਸਰ? ਹਾਂਜੀ, ਦੋਨੋਂ ਹੋਸਪਿਟਲ ਹੀ ਹੈ ਜੀ। ਅਤੇ ਸੱਟਾਂ ਸੁੱਟਾਂ ਕਿੰਨੀਆਂ? ਸੱਟ ਹੈ ਜੀ, ਡਾਕਟਰ ਨੇ ਹਜੇ ਦੱਸਿਆ ਨਹੀਂ ਹੈਗਾ। ਓਕੇ, ਅਤੇ ਸੱਟ ਹੈ। ਅਤੇ ਸਰ ਇਹ ਕਿੰਨੇ ਕੁ ਦੀ ਦੱਸ ਰਿਹਾ ਵੀ ਚੋਰੀ ਹੋਈ ਹੈ ਜਿਹੜਾ ਸਮਾਨ? ਅਜੇ ਇਹੋ ਜਿਹੀ ਕੋਈ ਗੱਲ ਨਹੀਂ ਸਾਹਮਣੇ ਆਈ ਹੈਗੀ। ਉਹ ਕਹਿੰਦਾ ਵੀ ਜਦੋਂ ਮੈਂ ਮਤਲਬ ਇਹਨਾਂ ਮੇਨ ਲੋਕਰ ਜਿਹੜਾ ਸੀਗਾ ਉਹ ਉਹਨਾਂ ਦੇ ਹੱਥ ਟੁੱਟਿਆ ਨਹੀਂ ਹੈ ਉਹਦੇ ਕੋਲੋਂ, ਨਾ ਹੀ ਉਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਅਲਾਰਮ ਵੱਜ ਗਿਆ ਅਤੇ ਉਹਨਾਂ ਨੇ 1-2 ਮਿੰਟ ਦੇ ਵਿੱਚ ਹੀ 2 ਹੱਥ ਲੱਗਿਆ ਉਹ ਚੱਕਣ ਦੀ ਕੋਸ਼ਿਸ਼ ਕੀਤੀ ਹੈ। ਬਾਹਰ ਜੋ ਡਿਸਪਲੇ ਕੀਤਾ ਹੁੰਦਾ ਸਮਾਨ, ਹਾਂਜੀ, ਜੋ ਜਾਲੀ ਮਤਲਬ ਨਕਲੀ ਸੋਨੇ ਟਾਈਪ ਜਵੈਲਰੀ ਹੁੰਦੀ ਹੈ, ਹਾਂਜੀ, ਉਹ ਰੱਖੀ ਹੋਈ ਸੀ, ਉਹੀ ਡੱਬੇ ਉਹਨਾਂ ਨੇ ਹੱਥ ਲੱਗਿਆ। ਬਾਕੀ ਜੋ ਇਹ ਚੈੱਕ ਕਰਨਗੇ, ਹੁਣ ਦੱਸ ਰਿਹਾ ਵੀ ਚੈੱਕ ਕਰਕੇ ਨਹੀਂ, ਹਜੇ ਉਹ ਚੈੱਕ ਕਰਨਾ ਇਹਨਾਂ ਨੇ। ਸੋ ਕਾਫੀ ਬਚਾਅ ਹੋਇਆ ਇਹਨਾਂ ਦਾ, ਮਤਲਬ ਨੁਕਸਾਨ ਤਾਂ ਹੋਇਆ ਪਰ ਇਹਨਾਂ ਬਚਾਅ ਹੋ ਗਿਆ, ਬਹੁਤ ਜ਼ਿਆਦਾ ਬਚਾਅ ਹੋ ਗਿਆ। ਚਾਂਦੀ ਦੇ ਗਹਿਣੇ ਗੁਣੇ ਜੋ ਬਾਹਰ ਰੱਖੇ ਸੀ ਥੋੜ੍ਹੇ ਬਹੁਤ, ਉਹ ਇਹਨਾਂ ਦੇ ਦੱਸਣ ਮੁਤਾਬਕ ਥੋੜ੍ਹੇ ਬਹੁਤ ਗਹਿਣੇ ਗਏ ਆ। ਬਾਕੀ ਚੈੱਕ ਕਰਕੇ ਸਾਨੂੰ, ਜਿਹੜੇ 2 ਬੰਦੇ ਫੜੇ ਇਹਨਾਂ ਕੋਲ ਕੁਛ ਬਰਾਮਦੀ ਹੋਈ ਜਾਂ ਕੁਛ ਨਹੀਂ? ਨਹੀਂ, ਹਜੇ ਹੋਸਪਿਟਲ ਆ ਜੀ, ਹਜੇ ਉਹਨਾਂ ਨੂੰ ਮਿਲਣਾ ਸੀ। ਠੀਕ ਹੈ ਸਰ, ਥੈਂਕ ਯੂ।